ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਵਾਲੇ ਵੀਰਾਂ ਭੈਣਾਂ ਨੂੰ, ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵਾਂ ਵਲੌਗ, ਅਤੇ ਇਸ ਵਲੌਗ ਦੇ ਵਿੱਚ ਆਪਾਂ ਦੱਸੋ ਕੀ ਕਰਾਂਗੇ ਤੁਸੀਂ ਸੁਸਵਾ। ਕਿਉਂਕਿ ਸੁਖਨੀ ਸਾਹਿਬ ਦਾ ਪਾਠ ਹੋ ਰਿਹਾ ਵਾ, ਠੀਕ ਹੈ ਜੀ, ਅਤੇ ਇਸ ਕਰਕੇ ਅਸੀਂ ਇਹ ਵਲੌਗ ਦੇ ਵਿੱਚ ਤੁਹਾਨੂੰ ਸੁਖਨੀ ਸਾਹਿਬ ਦੇ ਪਾਠ ਵਿੱਚ ਸਭ ਤਿਆਰੀਆਂ ਕਿਸ ਤਰ੍ਹਾਂ ਹੋ ਰਹੀਆਂ, ਚੱਲ ਰਹੀਆਂ, ਉਹਦੇ ਬਾਰੇ ਦੱਸਾਂਗੇ ਜੀ। ਹਾਂਜੀ ਸਹੀ ਹੈ ਜੀ। ਹੁਣ ਤੁਹਾਨੂੰ ਮੈਂ ਦਿਖਾ ਦੂੰਗਾ ਕਿ ਮਤਲਬ ਕਿ ਸੁਖਨੀ ਸਾਹਿਬ ਦਾ ਪਾਠ ਹੈਗਾ ਵਾ ਕੱਲ੍ਹ, ਅਤੇ ਅੱਜ ਆਪਾਂ ਇੱਥੇ ਕਰਨੇ ਆ ਰਾਤ ਦੀ ਪਲੈਨਿੰਗ ਕਿ ਰਾਤ ਨੂੰ ਸੋਣਾ ਕਿਵੇਂ ਆਪਾਂ। ਆਪਾਂ ਇਹ ਰੂਮ ਪਹਿਲਾਂ ਹੀ ਖਾਲੀ ਕਰ ਚੁੱਕੇ ਹਾਂ, ਇੱਥੇ ਆਪਾਂ ਹੁਣ ਸਾਰੇ ਗੰਦੇ ਗੁੰਦੇ ਵਿਛਾਤੇ ਆ, ਰਾਤ ਨੂੰ ਆਪਾਂ ਸਾਰਿਆਂ ਨੇ ਇੱਥੇ ਸੋਵਾਂਗੇ, ਠੀਕ ਆ। ਅਤੇ ਨਾ ਤੁਸੀਂ ਮਾੜਾ ਜਿਹਾ ਅੱਗੇ ਆਣ ਕੇ ਤੁਸੀਂ ਆਹ ਕਮਰਾ ਖਾ ਦਿਓ, ਬਾਬਾ ਜੀ ਦਾ ਕਮਰਾ। ਇਹ ਆਪਾਂ ਸਾਰਾ ਸਾਫ਼ ਸੂਫ ਕਰਕੇ ਦਰੀਆਂ ਬਾਬਾ ਜੀ ਲਿਆ ਕੇ ਸਾਰਾ ਕੁਛ ਲਿਆ ਤਾ ਇੱਥੇ ਹੁਣ, ਅਤੇ ਹੁਣ ਬਸ ਆਪਾਂ ਕੱਲ੍ਹ ਇੱਥੇ ਆਪਣਾ ਸੁਖਨੀ ਸਾਹਿਬ ਦਾ ਪਾਠ ਬਣਾਉਣਾ ਕੱਲ੍ਹ, ਠੀਕ ਆ। ਅਤੇ ਹੁਣ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ, ਜੋ ਜੋ ਆਪਾਂ ਵਲੌਗ ਵਿੱਚ ਕਰਾਂਗੇ ਇੰਜੋਏ ਕਰਾਂਗੇ, ਸੁਖਨੀ ਸਾਹਿਬ ਦਾ ਪਾਠ ਹੋਊਗਾ, ਲੰਗਰ ਛਕਾਵਾਂਗੇ, ਸੰਗਤ ਆਊਗੀ, ਸਾਰਾ ਕੁਛ ਤੁਹਾਨੂੰ ਆਪਾਂ ਵਲੌਗ ਦੇ ਵਿੱਚ ਵਿਖਾਈ ਜਾਵਾਂਗੇ। ਅਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ, ਅਤੇ ਮਿਲ ਜਾਂਦਾ ਆਪਾਂ ਵਲੌਗ ਦੇ ਵਿੱਚ ਅੱਗੇ। ਮਾਨ ਸੇਵਾਦਾਰ ਹੋ ਗਏ ਨੇ ਜੀ, ਆਪਣੀ ਚਲਾਈ ਤਲੀਆਂ ਵਿਛਾ ਕੇ ਬਹਿ ਗਏ ਨੇ, ਸਾਡੇ ਵਿਚਾਰਿਆਂ ਨੇ ਇਕੱਲੀਆਂ ਲੱਦਰੀਆਂ ਹੀ ਵਿਛੀਆਂ ਹੋਈਆਂ ਨੇ, ਹੈਂ ਵੀ ਚਲਾ ਗਏ ਨੇ, ਸੇਵਾਦਾਰ ਨੇ ਬਹਿ ਵੀ ਗਏ ਨੇ। ਸੇਵਾਦਾਰ ਜੀ ਇਹ ਗਲਤ ਨੀ ਹੋ ਰਿਹਾ ਵੈਸੇ ਕੰਮ, ਤੁਸੀਂ ਆਪਦੀਆਂ ਵਿਛਾ ਕੇ ਬਹਿ ਗਏ ਜੀ। ਅੱਛਾ ਅੱਛਾ ਠੀਕ ਠੀਕ, ਸਾਨੂੰ ਭੁਲੇਖਾ ਪੈ ਗਿਆ ਵੀ ਸਾਨੂੰ ਲੱਗਾ ਕਿਤੇ ਬੇਈਮਾਨ ਹੋ ਗਏ। ਸੇਵਾਦਾਰ ਖਲੋਤੇ ਨੇ ਹਲੇ ਗੱਦੇ ਗੁੱਦੇ ਆ ਰਹੇ ਨੇ, ਫਿਰ ਇੱਧਰ ਵਿਛਾਏ ਜਾਣਗੇ, ਠੀਕ ਹੈ। ਮੈਨੂੰ ਤਾਂ ਲੱਗਾ ਆਪਦਾ ਵਿਛਾ ਕੇ ਲੰਬੇ ਬਹਿ ਗਏ ਸੇਵਾਦਾਰ ਲਾ ਵੀ। ਇਸ ਤੋਂ ਬਾਅਦ ਇੱਧਰ ਸਾਡਾ ਬੰਦਾ ਜਿਹੜਾ ਵਿਚਾਰਾ ਵਿਛਾ ਵਿਛਾ ਕੇ ਚਾਦਰਾਂ ਵਿਛਾ ਰਿਹਾ ਨਾਲ ਨਾਲ ਸੇਵਾਦਾਰ ਸਾਡਾ, ਠੀਕ ਹੈ। ਇੱਕ ਸੇਵਾਦਾਰ ਪਤਾ ਨਹੀਂ ਕੀ ਕਰੀ ਜਾਂਦਾ ਕੰਮ, ਆ ਆਹ ਸੇਵਾਦਾਰ ਸਾਡਾ, ਇਹ ਸਾਡੇ ਮੈਨੇਜਰ ਸਾਹਿਬ ਨੇ ਇਹ ਕੰਮ ਕਰਾ ਰਹੇ ਨੇ ਸਾਰਾ ਸਾਡੇ ਸਾਰਿਆਂ ਕੋਲ, ਠੀਕ ਹੈ। ਆ ਵੀ ਇੱਕ ਤਲਾਈ ਹੋਰ ਲਿਆਂਦੀ ਜਾਵੇ ਕਹਿੰਦੇ ਜੀ। ਲਓ ਜੀ ਆਹ ਬਾਬੇ ਵਾਲਾ ਕਮਰਾ ਅਸੀਂ ਸਾਫ਼ ਸੂਫ ਕਰਤਾ ਸੀ, ਆਹ ਬਾਬੇ ਨੇ ਆਣ ਕੇ ਲਾ ਦੇਣੀਆਂ, ਠੀਕ ਹੈ। ਸਮਾਨ ਸਮੂਨ ਅਸੀਂ ਪਹਿਲਾਂ ਚਕਾ ਚਕੂ ਕੇ ਰੱਖ ਗਏ ਸੀ ਸਾਰਾ, ਹੁਣ ਅਸੀਂ ਪੁੱਠੇ ਪਠਾਰੇ ਖਾ ਗਏ, ਸਾਨੂੰ ਇਨਵੀਟੇਸ਼ਨ ਆਇਆ ਸੀ ਇੱਕ, ਠੀਕ ਹੈ। ਲਓ ਜੀ ਸਾਡੇ ਸੇਵਾਦਾਰ ਆ ਚੁੱਕੇ ਨੇ ਜੀ। ਓ ਵਾਓ ਤਿੰਨ ਹੋ ਗਈਆਂ, ਇੱਕ ਦੋ ਤਿੰਨ ਚਾਰ, ਆਹ ਡਬਲ ਰਜਾਈ ਆ, ਇਹ ਡਬਲ ਡਬਲ ਦੋ ਤਿੰਨ ਚਾਹੀਦੀਆਂ ਡਬਲ ਪਾਸੇ। ਮੇਰੀ ਗੱਲ ਸੁਣੋ, ਜਾਈਏ ਤੇ ਬਾਤ ਹੋ ਗਈ ਫਿਰ ਆ ਸਰ ਸ਼ੌਪ ਹੈ ਫੜੋ ਆਹੋ ਇੰਨੇ ਸਾਰੇ ਨੇ ਬੰਦੇ ਸ਼ੌਪ ਹੈ ਦੇਖੀ ਤਾਂ ਇਹ ਉਹਨਾਂ ਨੂੰ ਕਹਿੰਦੇ ਵੀ ਜਿੱਤ ਲਾਈ ਹੈ ਯਾਰ ਜਾਈਏ ਇੱਕ ਮਿੰਟ ਪੜਾ ਇਹ ਨੂੰ ਪੜਾ ਜਾਂਦਾ ਡਬਲ ਰਜਾਈ ਹੈ ਤੁਹਾਨੂੰ ਪਹਿਲਾਂ ਮੈਂ ਕਿਹਾ ਸੀ ਇੱਕ ਮਿੰਟ ਖਲੋ ਜਾਓ ਆ ਤੁਹਾਨੂੰ ਸਿੰਗਲ ਰਜਾਈ ਉਹ ਆ ਸੇਵਾਦਾਰ ਉਹ ਬੋਲਦੇ ਹੀ ਪਏ ਕੱਖ ਕਰਦੇ ਹੀ ਪਏ ਮੈਂ ਕਾਲਾ ਕਰ ਲਿਆ ਵੀਡੀਓ ਬਣਾ ਲਈ ਸੇਵਾਦਾਰ ਸਾਹਿਬ ਨੇ ਇੱਕ ਇੱਕ ਵਾਰੀ ਵੀਡੀਓ ਬਣਾ ਲਈ ਕਾਲ ਜਿਹੜੀ ਕੱਖ ਕਰਨ ਦਾ ਵਾਰੇ ਉਹ ਆਡਰੀ ਮੈਨੇਜਰ ਵਾਂਗੂ ਛੱਡਣ ਦਾ ਹੀ ਬਸ ਨਹੀਂ ਵੀ ਨਹੀਂ ਮੈਂ ਸਾਰਾ ਕੰਮ ਕਰਦੇ ਆ ਪਹਿਲਾਂ ਕੁੜੀ ਕਹਿੰਦੀ ਕੰਮ ਨਹੀਂ ਕਰਦੇ ਆ ਸਾਰੇ ਆ ਵੇਖੋ ਕੰਬਲ ਵੀ ਲੈਣਾ ਆ ਵੇਖ ਕੰਬਲ ਵੀ ਆ ਸੁਣ ਮੈਂ ਯਾਰ ਇਹ ਕੰਮ ਹੀ ਤੇਰੇ ਨਾਲ ਹਾਂ ਬਾਜੋ ਦਸੀ ਠੀਕ ਆ ਗੁੱਡ ਮਾਰਨਿੰਗ ਜੀ ਸਾਰੇ ਵਲੌਗ ਵਾਲੇ ਵੀਰ ਭਰਾਵਾਂ ਨੂੰ, ਉੱਠ ਚੁੱਕੇ ਹਾਂ ਆਪਾਂ ਹੁਣ, ਅਤੇ ਅੱਜ ਆ ਗਿਆ ਵਾ ਉਹ ਦਿਨ ਜਿਹੜਾ ਹੈਗਾ ਸੁਖਨੀ ਸਾਹਿਬ ਦਾ ਪਾਠ, ਤੁਹਾਨੂੰ ਖਾਣੇ ਪੂਰੀਆਂ ਤਿਆਰੀਆਂ ਚੱਲ ਰਹੀਆਂ, ਕੱਪੜੇ ਪ੍ਰੈਸ ਹੋ ਰਹੇ, ਸਬਜ਼ੀਆਂ ਭਰਦੀਆਂ, ਤੁਹਾਨੂੰ ਸਾਰਾ ਕੁਛ ਖਾਣੇ ਆਪਾਂ। ਵਲੌਗ ਮਿੱਤਰੋ ਇੱਧਰ ਦੇਖੋ, ਇੱਧਰ ਚੱਲ ਰਹੀ ਆ ਕੱਪੜੇ ਪ੍ਰੈਸ ਹੋ ਰਹੇ ਇੱਧਰ, ਠੀਕ ਹੈ। ਮੈਂ ਚਾਰਜ ਲਾਇਆ ਆਪਣਾ ਫੋਨ, ਅਤੇ ਮੈਂ ਚਾਰਜ ਫੋਨ ਤੋਂ ਲਾ ਕੇ ਅਤੇ ਆਪ ਕੱਪੜੇ ਪ੍ਰੈਸ ਕਰਨ ਦਿਆ ਇੱਧਰ ਆਹ ਸ਼ਖਸ
ਸਾਨੂੰ ਕੋਈ ਇੰਟਰਸਟ ਨਹੀਂ ਹੈਗਾ ਤੇਰੇ ਚਾਰਜਰ ਦੇ ਨਾਲ। ਯੇ ਸ਼ਖਸ ਹੈ ਧਿਆਨ ਸੇ ਦੇਖੀਏ, ਯੇ ਸ਼ਖਸ ਹੈ ਕਿ ਵੋ ਬੋਲ ਰਹਾ ਥਾ ਮੁਝੇ ਅੱਖੇ ਖੋਲਨੇ ਦੀਜੀਏ, ਅੱਖਾਂ ਬੰਦ ਕਰਕੇ ਕਹਿ ਰਿਹਾ ਹੈ। ਠੀਕ ਹੈ, ਇੱਧਰ ਲੈ ਕਈ ਹੈਗੇ ਜਿਹਨੇ ਉੱਠੇ ਵੀ ਨਹੀਂ ਆ, ਤੇ ਕਈ ਪਰਲੇ ਪਾਸੇ ਹੈਗੇ ਜਿਹੜੇ ਨਹਾ ਕੇ ਤੇ ਫਿਰ ਸੋ ਗਏ ਆ। ਨਹਾ ਕੇ ਸੋ ਗਏ? ਹਾਂ, ਸਾਰੇ ਵਿਖਾਵਾਂ ਤਾਂ ਮੈਂ ਤੇ ਪਾਸਾ ਖੋਣਾ ਰੋਜੀ ਜੀ। ਨਹਾ ਕੇ ਤੇ ਫਿਰ ਸੁੱਤੇ ਪਏ ਇੱਧਰ ਕੋਈ ਸ਼ਖਸ, ਇਸ ਸ਼ਖਸ ਦਾ ਵੀ ਜ਼ਿਆਦਾ ਧਿਆਨ ਸੇ ਦੇਖੀਏ, ਇਸਨੇ ਆਪਣਾ ਚਿਹਰਾ ਛੁਪਾ ਲਿਆ। ਹੁਣ ਤਾਂ ਮੈਂ ਵਿਖਾਉਂਦਾ ਰਸੋਈ ਵਿੱਚ ਕੀ ਚੱਲ ਰਿਹਾ ਇਸ ਟਾਈਮ। ਆਹ ਮੇਰੀ ਦਾਦੀ ਜੀ ਜਿਹੜੇ ਕਹਿੰਦੇ ਚੌਂਕਾ 'ਚ ਕੰਮ ਕਰੀ ਜਾਓ, ਗੁੱਸੇ 'ਚ ਪੂਰੇ ਵੇਖੋ, ਓਏ ਹੋਏ ਓਏ ਹੋਏ ਕਿਆ ਸੀਨ ਆ ਰਿਹਾ ਹੈ। ਲਓ ਮਿੱਤਰੋ ਇੱਧਰ ਚੱਲ ਰਹੀ ਹੈ ਗੋਭੀ ਤਿਆਰੀ, ਗੋਭੀ ਬਣੂਗੀ ਨਾਲ, ਆਹ ਹੈਗਾ ਵਾ ਧਨੀਆ ਕੋਈ ਜੀ ਆ। ਠੀਕ ਹੈ, ਇੱਧਰ ਆਂਟੀ ਕੀ ਬਣ ਰਿਹਾ, ਤੜਕਾ ਲੱਗ ਰਿਹਾ? ਤੜਕਾ ਦਾਲ। ਤੜਕਾ ਦਾਲ ਆ, ਆਹ ਤੜਕਾ ਇੱਧਰ ਚਾਹ ਬਣ ਰਿਹਾ। ਕੀ ਹੋ ਰਿਹਾ? ਮੋਟਰਸਾਈਕਲ ਸਾਰੇ ਆਪਾਂ ਲਾਏ ਸੀ ਅੰਦਰ, ਤੇ ਹੁਣ ਆਪਾਂ ਜਿਹੜਾ ਵਾ ਇੱਥੇ ਆਪਾਂ ਗੱਦਾ ਵਿਛਾਤਾ, ਇੱਕ ਬੈਡ ਲਾ ਕੇ ਇੱਥੇ ਟੇਬਲ ਤੇ ਪਾਣੀ ਪੂਣੀ ਲਾ ਦਾਂਗੇ, ਆ ਪਾਣੀ ਦੀਆਂ ਪੇਟੀਆਂ ਬਾਹਰਲੇ ਪਾਸੇ ਆਪਾਂ ਲਾ ਤੇ ਆਪਣੇ ਮੋਟਰਸਾਈਕਲ। ਠੀਕ ਹੈ, ਦੇਖੋ ਕਿ ਆਪਣੇ ਸਾਰੇ ਲੱਗੇ ਉੱਥੇ ਸ਼ੁਰੂ ਹੁੰਦੇ ਜੇ, ਇੱਕ ਦੋ ਸਕੂਟਰੀਆਂ ਬਣਾਇਆ ਪਾਸੇ ਆਪਣੀਆਂ, ਆਹ ਬੁਲਟ ਵੀ ਆਪਣਾ, ਉਹ ਪਲਟੀਨਾ ਵੀ ਆਪਣਾ, ਅਤੇ ਇੱਧਰ ਇੱਕ ਹੋਰ ਸਕੂਟਰੀ ਇਹ ਵੀ ਆਪਣੀ। ਠੀਕ ਹੈ, ਆਹ ਆਪਣੀ ਗਲੀ ਹੈ, ਆਹ ਹੈਗਾ ਸੋਹਣੀ ਸਾਹਿਬ ਪਾਠ ਵਾਲਾ ਘਰ। ਦੇਖੋ ਬਾਹਰ ਲੋਕੇਸ਼ਨ ਕਿੱਦਾਂ ਦੀ ਆ ਰਹੀ ਘਰ ਦੀ, ਆਹ ਪੁੱਲ ਜੇ ਵਾਲੇ ਸੋਹਣੇ ਲੱਗਣ। ਅਤੇ ਜੁੜੇ ਰਹੋ ਵਲੋਗ ਦੇ ਨਾਲ, ਤੁਹਾਨੂੰ ਅੱਗੇ ਅੱਗੇ ਵਿਖਾਵਾਂਗੇ ਜੋ ਜੋ ਹੁੰਦਾ ਰਹੂਗਾ। ਲੋਕ ਮਿੱਤਰੋ ਸਾਰੀ ਦਿਹਾੜੀ ਲੰਘ ਗਈ ਆ, ਕੱਲ ਸਾਰੀ ਦਿਹਾੜੀ 'ਚ ਕੰਮ ਹੁਣ ਅੱਜ ਕਰਵਾਉਂਦਾ ਵੇਲੋ। ਕੀ ਭਾਈ ਕੰਮ ਕਰਾਉਂਦੇ ਸੇ ਭਾਈ ਜੀ? ਸੂਟ ਐ ਵੇਲੇ ਕੱਢਣ ਲੱਗੇ ਹੁਣ ਵੇਲੋ, ਤੂੰ ਅੱਜ ਕੁਛ ਨੀ ਬੋਲ ਸਕਦੇ, ਚੁੱਪ ਕਰਾਏ ਕੈਮਰੇ ਨੇ ਸਾਰੇ ਜਾਣੇ। ਠੀਕ ਹੈ, ਮੇਰਾ ਮੂੰਹ ਟੁੱਕਿਆ ਜਾ ਰਿਹਾ ਜੀ, ਬੈਗ ਆ ਬੈਗ ਜੀ, ਤਿਆਰ ਹੋ ਚੁੱਕਿਆ। ਮਿੱਤਰੋ ਇੱਧਰਲੇ ਪਾਸੇ ਆਪਣਾ ਜਿਹੜਾ ਵਾ ਸੁਖਮਨੀ ਸਾਹਿਬ ਦਾ ਪਾਠ ਆ ਉਹ ਤਾਂ ਰੱਖਿਆ ਗਿਆ ਜੇ ਆ ਪਾਸੇ। ਠੀਕ ਆ, ਇਹਦੇ ਸੰਗਤ ਬੈਠੀ ਨਿੱਕੀ ਨਿੱਕੀ ਨੰਨੀ ਮੁੰਨੀ ਸੰਗਤ, ਇੱਧਰਲੇ ਪਾਸੇ ਇੱਕ ਹੋਰ ਸੰਗਤ ਬੈਠੀ ਆ। ਤੁਹਾਨੂੰ ਉੱਤੋਂ ਖਾ ਕੇ ਆਪਾਂ ਕੋਠੇ ਚੱਲਦੇ ਹਾਂ, ਕੋਠੇ 'ਤੇ ਬਣਾਈ ਜਾ ਰਹੇ ਆ ਫੁਲਕੇ, ਇੱਧਰ ਬਣਦੀ ਆ ਚਾਹ, ਚਾਹ ਭਰ ਰਹੀ ਚਾਹ ਇੱਧਰਲੇ ਪਾਸੇ, ਉਹ ਬਣਦਾ ਬਾਬਿਆਂ ਦਾ ਕੜਾਹ, ਉਹਨੂੰ ਅੰਦਰੋਂ ਦਿਖਾਊਂਗਾ ਅੰਦਰ, ਪਤਾ ਪਹਿਲਾਂ ਖਾ ਲੈਣਾ।
ਕੜਾਹ ਕੜਾਹ ਇਹ ਮਿੱਠੇ ਵਾਸਤੇ ਕੜਾਹ ਨਾਲ ਇਹ ਬੰਦਿਆ ਕੜਾਹ ਬੜੀ ਵਧੀਆ ਸਮੈਲ ਆਉਂਦੀ ਆਂਟੀ ਜੀ ਸਮੈਲ ਬੜੀ ਵਧੀਆ ਆਉਂਦੀ ਜੀ ਆਵੇ ਆਂਟੀ ਲਿਆਉਂਦੀ ਮੈਂ ਆਂਟੀ ਲਿਆਉਂਦੀ ਫੋਟੋ ਪਹਿਲਾਂ ਹੀ ਅਤੇ ਹੋਰ ਮੈਂ ਉਹਨੂੰ ਕੋਠੇ ਵਿਖਾ ਕੇ ਲਿਆਉਣਾ ਕੋਠੇ 'ਤੇ ਚੱਲਦੇ ਆ ਵਾ ਪ੍ਰਸ਼ਾਦੇ ਪ੍ਰਸ਼ਾਦੇ ਪਕਾਏ ਜਾ ਰਹੇ ਉੱਤੇ ਮੈਂ ਉੱਤੇ ਖੜਦਾ ਉੱਤੇ ਪਰਛਾਏ ਪ੍ਰਸ਼ਾਦੇ 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 ਪਹੁੰਚ ਗਏ ਆਪਾਂ ਵੀ ਉੱਪਰ ਇੱਥੇ ਆਪਾਂ ਪ੍ਰਸ਼ਾਦੇ ਜਿਹੜੇ ਵਾ ਉਹ ਪਕਾਏ ਜਾ ਰਹੇ ਆ ਆਹ ਦੇਖ ਸਕਦੇ ਜੀ ਇਧਰਲੇ ਪਾਸੇ ਪੇੜੇ ਹੋ ਰਹੇ ਆ ਹਾਂਜੀ ਉਹ ਆਂਟੀ ਨੇ ਨਾ ਉਹਨੂੰ ਪੁੱਛ ਵੀ ਉਹਦਾ ਕੜਛੀ ਲੈ ਗਿਆ ਮਾੜੀ ਤੈਨੂੰ ਕੜਛੀ ਘੱਟ ਕਰ ਦੀ ਜੋ ਵੀ ਜਿਹੜੇ ਆਹ ਆਂਟੀ ਆ ਨਾ ਇਹ ਆਂਟੀ ਦੀ ਮੈਨੂੰ ਏਜ ਹੁਣ ਪਤਾ ਲੱਗੀ ਆਂਟੀ ਦੀ ਏਜ ਹੈਗੀ ਹੈ 74 ਈਅਰ ਅਤੇ ਆਂਟੀ ਕਹਿੰਦੇ ਆ ਕਿ ਮੈਂ 100 ਬੰਦਿਆਂ ਦੀ ਰੋਟੀ ਬਣਾ ਸਕਦੀ ਹਾਂ ਹਾਲੇ ਵੀ ਅਤੇ ਆਂਟੀ ਨੇ ਪੂਰਾ ਨਿਭਾਇਆ ਸਾਡੇ ਆਪਣੇ ਆਏ 60-70 ਬੰਦੇ ਹੋ ਗਏ ਅਤੇ ਆਂਟੀ ਨੇ ਸਾਰਿਆਂ ਦਾ ਬਣਾਇਆ ਵਾ ਰੋਟੀ ਗੋਭੀ ਹੋਰ ਕੀ ਬਣਾਇਆ ਪ੍ਰਸ਼ਾਦੇ ਦਾਲ ਕੜਾਹ ਸਾਰਾ ਕੁਛ ਆਂਟੀ ਨੇ ਬਣਾਇਆ ਆਂਟੀ ਤੁਹਾਡੀ ਜਿਹੜਾ ਵਾ ਸਰਵਿਸ ਸਾਨੂੰ ਬਹੁਤ ਵਧੀਆ ਲੱਗੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਨਾਮ ਵਾਹਿਗੁਰੂ ਵਾਹਿਗੁਰੂ ਸਤਿ
ਇਹਨਾਂ ਲਫਾਫੇ ਲਿਆਂਦੇ ਧਿਆਨ ਰੱਖੀ ਮਾੜਾ ਜਿਹਾ ਬੈਠੀ ਲਓ ਵੀ ਮਿੱਤਰੋ ਸੁਖਮਨੀ ਸਾਹਿਬ ਦਾ ਪਾਠ ਤਾਂ ਬਹੁਤ ਵਧੀਆ ਗੰਗ ਗਿਆ, ਲੰਗਰ ਲੁੰਗਰ ਸਟਾਰਟ ਆਪਾਂ ਸਾਰੀ ਸੰਗਤ ਨੂੰ ਤੇ ਹੁਣ ਆਪਾਂ ਹੋ ਗਿਆ ਫ੍ਰੀ, ਹੋ ਗਿਆ ਸਮਾਨ ਸਮੂਹ ਲਿਆਂਦਾ ਉਹ ਸਾਰ ਦੇਵਾਂਗੇ, ਤੁਹਾਨੂੰ ਵਿਖਾ ਦਿੰਦਾ ਕੀ ਚੱਲ ਰਿਹਾ ਇਸ ਟਾਈਮ 'ਤੇ। ਆਹ ਪਾਣੀ ਕਿਹੜੀ ਪੈਪਾਈਆਂ ਲੈ ਕੇ ਆਏ ਜੇ ਉਹ ਖਾਈ ਜਾਂਦੇ ਨੇ, ਠੀਕ ਆ ਜਿਹੜੇ ਕਿਹੜਾ ਫਰੈਂਡ ਵਾ। ਇੱਧਰ ਚਾਹ ਵਰਤਾਈ ਜਾ ਰਹੀ ਨਾਲ ਬਦਾਨਾ, ਇੱਧਰ ਆਹ ਬੱਚੀਆਂ ਲੱਗੀਆਂ, ਇਹ ਵੀ ਪੈਪ ਖੋਈ ਜਾਂਦੀ, ਬੱਚਿਆਂ ਪੈਪ ਖੋਈ ਜਾਂਦੀ ਹੈ। ਇਧਰਲੇ ਪਾਸੇ ਅੰਦਰ ਆਂਟੀ ਨੇ ਸਾਰਾ ਸਮਾਨ, ਇੱਕ ਹੋਰ ਫੁਲਕਾ, ਠੀਕ ਆ ਗੋਭੀ ਦਾਲ ਸਾਰਾ ਸਵਾਦ ਬਣਿਆ। ਹਾਂਜੀ ਇੱਧਰ ਬਦਾਨਾ ਵੀ ਵੱਧ ਗਿਆ, ਹੁਣ ਹੁਣ ਇੱਧਰ ਫੁੱਫੂ ਦੇ ਫਰੈਂਡ ਆਏ ਆ ਨਾਲ ਪਾਪਾ ਪਰਲੇ ਪਾਸੇ, ਉਹ ਵੀ ਖਾ ਰਿਹਾ ਬਦਾਨਾ, ਮਾਮਾ ਜੀ ਦੇ ਮਾਮੀ ਜੀ ਇਹ ਵੀ ਚਾਹ ਪੀ ਰਹੇ ਬਸ। ਠੀਕ ਹੈ ਕਿੱਦਾਂ ਰਿਹਾ ਪ੍ਰੋਗਰਾਮ ਜੀ, ਦੱਸ ਦੋ ਮਾੜਾ ਜਿਹਾ ਇੱਕ ਵਾਰੀ। ਵਧੀਆ ਰਿਹਾ, ਵਧੀਆ ਰਿਹਾ, ਓਕੇ ਜੀ। ਆਹ ਬਦਾਨਾ ਵੀ ਬੜਾ ਸਵਾਦ ਹੁੰਦਾ।